ਸਤਿ ਸ਼੍ਰੀ ਅਕਾਲ ਦੋਸਤੋ, ਧਰਮਿੰਦਰ ਕੁਮਾਰ ਹਾਜ਼ਰ ਹੈ ਇੱਕ ਨਵੀਂ ਰਿਪੋਰਟ ਲੈ ਕੇ। ਉਦਿਆਨ ਐਕਸਪ੍ਰੈਸ 'ਚ ਸਾਡਾ ਸਾਰਿਆਂ ਦਾ ਸਵਾਗਤ ਹੈ। ਅਤੇ ਜਿਹੜੀ ਜਗ੍ਹਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ, ਅੱਜ ਮੈਂ ਕਿਹਾ ਵੀ ਦਿਖਾ ਦਈਏ ਤੁਹਾਨੂੰ। ਇਹ ਕਨਾਲ ਕਲੋਨੀ ਹੈ ਜਿਹੜੀ, ਉਸ ਜਗ੍ਹਾ ਦੇ ਉੱਪਰ ਜਿਹੜੀ ਕੰਸਟਰਕਸ਼ਨ ਚੱਲ ਰਹੀ ਹੈ, ਦਿਖਾ ਰਹੀ ਹੈ ਤੁਹਾਨੂੰ। ਕੁਛ ਲੋਕ ਜੁੜੋ ਤਾਂ ਆਪਾਂ ਇਹਦੀ ਜਾਣਕਾਰੀ ਪੂਰੀ ਕਰਾਂਗੇ। ਮੇਰੇ ਨਾਲ ਸੰਦੀਪ ਸੋਖਲ ਜੀ ਨੇ। ਸੋਖਲ ਜੀ, ਤੁਹਾਡਾ ਸਵਾਗਤ ਹੈ। ਹਾਂਜੀ ਸਰ, ਠੀਕ ਹੋ ਤੁਸੀਂ? ਠੀਕ ਹੈ ਜੀ। ਆਪਾਂ ਕਰੀਏ ਵਿਜ਼ਿਟ, ਦੇਖੀਏ ਸਾਡੇ ਕੈਮਰੇ 'ਤੇ ਨੇ ਸੋਨੂੰ ਜੀ। ਆਹ ਤੁਸੀਂ ਜਿਹੜਾ ਦੇਖ ਰਹੇ ਹੋ ਬਿਲਡਿੰਗ, ਇਹ ਮੇਨ ਸਟਰਕਚਰ ਜਿਹੜਾ ਹੈ ਉਹ ਕਾਲਜ ਦਾ ਜਿਹੜਾ ਇੱਥੋਂ ਬਣਨ ਜਾ ਰਿਹਾ, ਸਰਕਾਰੀ ਕਾਲਜ। ਇਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਕੰਮ ਚੱਲ ਰਿਹਾ, ਕੰਸਟਰਕਸ਼ਨ ਚੱਲ ਰਹੀ ਹੈ। ਇੱਥੇ ਕਨਾਲ ਕਲੋਨੀ ਸੀ ਅਤੇ ਦੇਖੋ ਜੀ, ਪਿੱਲਰ ਜਿਹੜੇ ਆ ਇੱਥੇ ਖੜ੍ਹੇ ਹੋ ਚੁੱਕੇ ਆ। ਬਿਲਡਿੰਗ ਦਾ ਮੇਨ ਬੇਸ ਜਿਹੜਾ ਉਹ ਲਗਭਗ ਤਿਆਰ ਹੋ ਚੁੱਕਿਆ ਅਤੇ ਹੁਣ ਜਿਹੜਾ ਪਿੱਲਰ ਦਾ ਕੰਮ ਚੱਲ ਰਿਹਾ। ਅਸੀਂ ਗੁਜ਼ਰ ਰਹੇ ਸੀ ਇੱਥੋਂ ਤਾਂ ਕਿਹਾ ਵੀ ਚਲੋ ਦਿਖਾ ਦਈਏ, ਸ਼ਹਿਰ ਵਾਸਤੇ ਇੱਕ ਬਹੁਤ ਵਧੀਆ ਗੱਲ। ਇੱਥੇ ਜਿਹੜਾ ਬੱਚਿਆਂ ਨੂੰ ਬਹੁਤ ਕਮੀ ਮਹਿਸੂਸ ਹੋ ਰਹੀ ਸੀ ਅਤੇ ਆਹ ਕਮੀ ਜਿਹੜੀ ਹੈ ਇਹ ਸਰਕਾਰ ਦੇ ਵਕਤ ਇਹ ਪੂਰੀ ਹੋ ਜਾਏਗੀ। ਪ੍ਰਾਈਵੇਟ ਕਾਲਜ ਬਹੁਤ ਨੇ ਅਬੋਹਰ ਦੇ ਵਿੱਚ, ਬਟ ਜਦੋਂ ਸਰਕਾਰੀ ਕਾਲਜ ਆਏਗਾ ਤਾਂ ਜਿਹੜੇ ਆਮ ਲੋਕ, ਮੱਧਮ ਵਰਗੀ ਲੋਕ, ਗਰੀਬ ਲੋਕ ਜਿਹੜੇ ਆ ਉਹਨਾਂ ਨੂੰ ਪੜ੍ਹਨ ਵਾਸਤੇ ਬਹੁਤ ਅੱਛੀ ਸੁਵਿਧਾ ਹੋਏਗੀ। ਬੱਚਿਆਂ ਦਾ ਭਵਿੱਖ ਬਣੇਗਾ, ਖਰਚਾ ਘੱਟ ਆਏਗਾ ਅਤੇ ਬੱਚੇ ਆਪਦੇ ਮਨਪਸੰਦ ਕੋਰਸ ਜਿਹੜੇ ਉਹ ਕਰ ਸਕਣਗੇ। ਸਰਕਾਰੀ ਕਾਲਜ ਆਉਣ ਦੇ ਵੈਸੇ ਬਹੁਤ ਲਾਭ ਹੁੰਦੇ ਆ। ਸਾਰੀ ਬਿਲਡਿੰਗ ਅੱਜ ਮੈਂ ਦਿਖਾ ਰਿਹਾ ਤੁਹਾਨੂੰ, ਤੁਸੀਂ ਦੇਖ ਰਹੇ ਹੋ, ਲਾਈਵ ਦੇਖ ਰਹੇ ਹੋ ਦੋਸਤੋ। ਇਸ ਵੀਡੀਓ ਨੂੰ ਵੀ ਜ਼ਿਆਦਾ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਸ਼ਹਿਰ ਨੂੰ ਪਤਾ ਚੱਲ ਸਕੇ ਕਿ ਇੱਥੇ ਜਿਹੜਾ ਕਾਲਜ ਹੈ ਉਹਦਾ ਨਿਰਮਾਣ ਕਾਰਜ ਜਿਹੜਾ ਬਹੁਤ ਅੱਗੇ ਵੱਧ ਚੁੱਕਿਆ ਅਤੇ ਹੁਣ ਦੇਖੋ ਬੇਸ ਜਿਹੜਾ ਉਹ ਸਾਰਾ ਤਿਆਰ ਹੋ ਗਿਆ ਅਤੇ ਲੱਗਦਾ ਵੀ ਇਸ ਸਾਲ ਦੇ ਵਿੱਚ ਇਹ ਕਾਲਜ ਤਿਆਰ ਹੋ ਜਾਏਗਾ। ਇਸ ਤੋਂ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰਾਈਵੇਟ ਕਾਲਜਾਂ ਦੀ ਮਹਿੰਗੀ ਫੀਸਾਂ ਨਹੀਂ ਭਰਨੀਆਂ ਪੈਣੀਆਂ। ਅਤੇ ਸਾਰੇ ਦੋਸਤਾਂ ਨੂੰ ਫਿਰ ਤੋਂ ਇੱਕ ਅਪੀਲ ਕਿ ਲਾਈਕ ਤਾਂ ਜ਼ਰੂਰ ਕਰਿਆ ਕਰੋ। ਦੇਖੋ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਇੱਕ ਰਿਪੋਰਟ ਦੇ ਰਹੇ ਹਾਂ ਅਸੀਂ ਅਤੇ ਹੌਸਲਾ ਤੁਹਾਡੇ ਲਾਈਕ ਤੋਂ ਸਾਨੂੰ ਮਿਲੇਗਾ। ਆਹ ਦਿਖਾਓ, ਜੋ ਲੋਕ ਨਵੇਂ ਜੁੜੇ ਆ ਉਹਨਾਂ ਨੂੰ ਇੱਕ ਰਿਕੁਐਸਟ ਕਿ ਸਾਡੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰੋ। ਲਗਾਤਾਰ ਇੱਥੇ ਕੰਮ ਜਾਰੀ ਹੈ। ਤੁਹਾਨੂੰ ਯਾਦ ਹੋਏਗਾ ਕੁਛ ਦਿਨ ਕਰੀਬ ਕਰੀਬ 3-4 ਮਹੀਨੇ ਪਹਿਲਾਂ ਅਬੋਹਰ ਦੇ ਵਿੱਚ ਕੁਛ ਪ੍ਰੋਡਕਟਾਂ ਦੀ ਜਿਹੜੀ ਲਾਂਚਿੰਗ ਹੋਈ ਸੀ, ਇਸੇ ਜਗ੍ਹਾ 'ਤੇ ਇੱਕ ਬੈਠਕ ਹੋਈ ਸੀ, ਇੱਕ ਸਭਾ ਕਾਂਗਰਸ ਵੱਲੋਂ। ਇਹ ਉਹੀ ਜਗ੍ਹਾ ਅਤੇ ਉਸ ਜਗ੍ਹਾ ਦੇ ਉੱਤੇ ਦੇਖੋ ਕਾਲਜ ਜਿਹੜਾ ਹੁਣ ਬਣਨਾ ਸ਼ੁਰੂ ਹੋ ਗਿਆ। ਅਤੇ ਦੋਸਤੋ ਹੁਣ ਤੱਕ ਇਹ ਬਿਲਡਿੰਗ ਦੀ ਜਾਣਕਾਰੀ ਆਪਾਂ ਦੇਤੀ ਹੈ, ਇੱਥੇ ਕੋਈ ਅਧਿਕਾਰੀ ਜਾਂ ਕੋਈ ਹੈ ਨਹੀਂ ਜਿਹਦੇ ਨਾਲ ਆਪਾਂ ਗੱਲਬਾਤ ਕਰੀਏ ਅਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਹਾਸਿਲ ਕਰ ਪਾਈਏ। ਜਿੰਨੀ ਕੁ ਸਾਨੂੰ ਸੀ ਕਿ ਇਹ ਕਾਲਜ ਜਿਹੜਾ ਹੈ ਬੜੇ ਲੰਮੇ ਸਮੇਂ ਤੋਂ ਡਿਮਾਂਡ ਸੀ ਕਾਂਗਰਸ ਸਰਕਾਰ ਦੇ ਵਕਤ, ਜਿਹੜਾ ਇਹ ਕਾਲਜ ਉਹ ਅੱਜ ਕੰਪਲੀਟ ਹੋਣ ਜਾ ਰਿਹਾ ਅਤੇ ਉਮੀਦ ਹੈ ਅਗਲੇ ਕੁਛ ਮੰਥ ਵਿੱਚ ਇਹ ਕਾਲਜ ਜਿਹੜਾ ਉਹ ਕੰਪਲੀਟ ਹੋ ਜਾਏਗਾ ਅਤੇ ਬੱਚਿਆਂ ਨੂੰ ਇੱਥੇ ਪੜ੍ਹਨ ਵਾਸਤੇ ਬਹੁਤ ਵਧੀਆ ਸੁਵਿਧਾ ਮਿਲੇਗੀ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ, ਲਾਈਕ ਕਰਨਾ ਬਿਲਕੁਲ ਨਾ ਭੁੱਲਿਓ।
ਤੇ ਜੇ ਸਾਡੇ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ 9964403000 ਨੰਬਰ 'ਤੇ ਤੁਸੀਂ ਆਪਣਾ ਨਾਮ ਪਤਾ ਲਿਖ ਕੇ ਮੈਨੂੰ ਐਡਮੀ ਦੀ ਰਿਕੁਐਸਟ ਭੇਜ ਸਕਦੇ ਹੋ। ਆਪ ਸਬਜੀ ਦਾ ਬਹੁਤ ਬਹੁਤ ਧੰਨਵਾਦ।